ਕਰਾਂਗੇ। ਓਏ ਜੇ ਤੁਸੀਂ ਚੱਕ ਵੱਢਣ ਆਈ ਗਏ ਹੋ ਤੇ ਫਿਰ ਅੱਜ ਮੈਂ ਤੁਹਾਨੂੰ ਪਟਾ ਜ਼ਰੂਰ ਪਾਵਾਂਗਾ। ਅਸਲਾਮ ਵਾਲੇਕੁਮ ਨਾਜ਼ਰੀਨ, ਅੱਜ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਮ ਹੈ ਆਖਰੀ ਜੰਗ। ਅਦਾਕਾਰ ਸੁਲਤਾਨ ਰਈ, ਨੀਲੀ ਮਾਂ, ਤੂੰ ਨਾਜ਼ਰਾ, ਇਹਨੇ ਸਾਰੀ ਰਾਤ ਮੈਨੂੰ ਆਪਣੇ ਡੇਰੇ ਮਮਜੁਦੀਨ, ਜਸ ਮੋਇਦਸ ਕੋਲ ਬਦਮਾਸ਼ੀ, ਸੰਗੀਤਾ ਕਿੱਥੇ ਹੈ ਔਰ ਚੰਦੀ ਆਖਿਰ ਵਿੱਚ, ਅਲੀਅਸ ਕਸ਼ਮੀਰੀ, ਜੇ ਮੈਂ ਉਹਨਾਂ ਤੋਂ ਆਪਣੀ ਜਾਨ ਨਹੀਂ ਕੁਰ, ਅਨਵਰ ਖਾਨ ਤੇ ਨਾ ਉਹਦਾ, ਬਹਾਰ ਬੇਗਮ, ਉਮਰ ਸਾਡੀ ਜ਼ਿੰਦਗੀ ਲਈ ਖੁਸ਼, ਹਤਿਆਤ ਯੂਨਸ ਮਲਿਕ, ਮੁਸਨਫ ਜਾਫਰ ਅਰਮਾਨ, ਪ੍ਰੋਡਿਊਸਰ ਯੂਨਸ ਮਲਿਕ, ਮਿਊਜ਼ਿਕ ਜਾਹਤ ਅਤਰੇ। ਇਹ ਫਿਲਮ 17 ਅਗਸਤ ਬਰੋਜ਼ ਐਤਵਾਰ 1986 'ਚ ਈਦ ਉਲ ਅਜ਼ਾ ਦੇ ਮੌਕੇ 'ਤੇ ਰਿਲੀਜ਼ ਹੋਈ। ਇਹ ਇੱਕ ਸੁਪਰਹਿੱਟ ਫਿਲਮ ਸੀ। ਸ਼ਕੀਲਾ ਪਿੰਡ ਦੀ ਪੜ੍ਹੀ ਲਿਖੀ ਲੜਕੀ ਆਉਂਦੀ ਹੈ, ਨੂਰੀ ਉਸ ਦੀ ਦੋਸਤ ਹੈ। ਸ਼ਕੀਲਾ ਦਾ ਕਿਰਦਾਰ ਸੰਗੀਤਾ ਅਤੇ ਨੂਰੀ ਦਾ ਕਿਰਦਾਰ ਜ਼ੁਮਰਤ ਨੇ ਅਦਾ ਕੀਤਾ। ਸ਼ਕੀਲਾ ਪਿੰਡ ਦੇ ਚੌਧਰੀ ਆਗਾ ਤਾਲਿਸ਼ ਦੀ ਬੇਟੀ ਆਉਂਦੀ ਹੈ। ਸਿਰਫ ਇੱਕ ਸੂਰਤ, ਉਹ ਪਿੰਡ ਦੇ ਇੱਕ ਨੌਜਵਾਨ ਸੁਲਤਾਨ ਸੁਲਤਾਨ ਰਾਈ ਨਾਲ ਪਿਆਰ ਕਰਦੀ ਹੈ। ਜਗਾਵਰ ਲੈਸ ਕਸ਼ਮੀਰੀ ਆਪਣੇ ਪੁੱਤਰ ਜਿੱਥੇ ਤੁਹਾਡੇ ਜੇ ਨੀਚ ਲੋਕਾਂ ਦਾ ਆਉਣਾ ਜਾਣਾ ਹੋਵੇ ਉੱਥੇ ਮੈਂ ਬਹਿਣਾ ਤੇ ਕੀ ਆਉਣਾ ਵੀ ਪਸੰਦ ਨਹੀਂ ਕਰਦਾ। ਬਬਰ ਅਲਤਾਫ ਖਾਨ ਉਹ ਸ਼ੇਰਾ ਇਕਬਾਲ ਦੁਰਾਨੀ ਚੋਂ ਇੱਕ ਦੇ ਨਾਲ ਸ਼ਕੀਲਾ ਦੀ ਸ਼ਾਦੀ ਕਰਕੇ ਜ਼ਮੀਨ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ, ਪਰ ਚੌਧਰੀ ਆਗਾ ਤਾਲਿਸ਼ ਸ਼ਕੀਲਾ ਦੀ ਸ਼ਾਦੀ ਸੁਲਤਾਨ ਨਾਲ ਕਰ ਦਿੰਦਾ ਹੈ। ਜਗਾਵਰ ਨੂੰ ਇਸ ਚੀਜ਼ ਦਾ ਦੁੱਖ ਹੁੰਦਾ ਹੈ। ਚੌਧਰੀ ਦੀ ਮੌਤ ਤੋਂ ਬਾਅਦ ਜਗਾਵਰ ਦੇ ਪੁੱਤਰ ਸੁਲਤਾਨ ਨੂੰ ਕਤਲ ਕਰਕੇ ਦਰਿਆ 'ਚ ਸੁੱਟ ਦਿੰਦੇ। ਸ਼ਕੀਲਾ ਦਾ ਪੁੱਤਰ ਉਹਨਾਂ ਦਾ ਨੌਕਰ ਗਾਮੂ ਲੈ ਕੇ ਚਲਾ ਜਾਂਦਾ ਹੈ ਔਰ ਉਹਨੂੰ ਬਚਾ ਲੈਂਦਾ ਹੈ। ਜਗਾਵਰ ਸਾਰੀ ਜ਼ਮੀਨ 'ਤੇ ਕਬਜ਼ਾ ਕਰਕੇ ਸ਼ਕੀਲਾ ਨੂੰ ਕਤਲ ਕਰਨਾ ਚਾਹੁੰਦਾ ਹੈ। ਸ਼ਕੀਲਾ ਗਾਮੂ ਦੀ ਧੀ ਨੂੰ ਲੈ ਕੇ ਉਹ ਪਿੰਡ ਛੋੜ ਦਿੰਦੀ ਹੈ। ਗਾਮੂ ਜਦੋਂ ਪਿੰਡ 'ਚ ਵਾਪਸ ਆਉਂਦਾ ਹੈ ਤਾਂ ਪਤਾ ਚੱਲਦਾ ਹੈ ਕਿ ਸ਼ਕੀਲਾ ਉਹਦੀ ਧੀ ਨੂੰ ਲੈ ਕੇ ਪਿੰਡ ਛੋੜ ਚੁੱਕੀ ਹੈ। ਸੁਲਤਾਨ ਦਾ ਪੁੱਤਰ ਜਵਾਨ ਹੋ ਜਾਂਦਾ ਹੈ, ਉਹ ਨਾਦਰ ਗੁਲਾਮ ਮਜੀਦੀਨ ਹੁੰਦਾ ਹੈ। ਇਹ ਨੀਲੀ ਦੀ ਬੈਸੀਅਤ ਹੀਰਵਨ ਪਹਿਲੀ ਫਿਲਮ ਸੀ। ਫਿਲਮ ਸਟਾਰ ਨਾਦਰਾ, ਉਸਦਾ ਨਾਮ ਫਿਲਮ ਜੀ ਨਾਦਰਾ ਹੁੰਦਾ ਹੈ। ਜਗਾਵਰ ਦੀ ਪੋਤੀ ਹੁੰਦੀ ਹੈ। ਜੋ ਕੁਝ ਵੀ ਹੈ ਬਹਾਦਰ ਨਹੀਂ ਹੋ ਸਕਦਾ, ਐਡੀ ਵੱਡੀ ਲਾਸ਼ ਹੋਵੇ ਤੇ ਬੰਦਾ ਬੰਦੇ ਨੂੰ ਚੀਰ ਕੇ ਰੱਖ ਦਿੰਦਾ ਹੈ। ਸ਼ੋਕਾ ਅਨਵਰ ਖਾਨ ਨਾਦਰ ਦੇ ਕਤਲ ਦਾ ਬਿਆਨਾ ਫੜ ਲੈਂਦਾ ਹੈ। ਸ਼ੋਕਾ ਪਿਸ਼ਾਵਰ ਕਾਤਲ ਹੁੰਦਾ ਹੈ। ਨਾਦਰ ਔਰ ਸ਼ਕੀਲਾ ਦੀ ਮੁਲਾਕਾਤ ਹੋ ਜਾਂਦੀ ਹੈ। ਨਾਦਰ ਇੱਕ ਜ਼ਿੱਦੀ ਅਤੇ ਖੁਦਸਰ ਲੜਕੀ ਆਉਂਦੀ ਹੈ ਔਰ ਨਾਦਰ ਦੇ ਘਰ ਨੂੰ ਬੰਬ ਨਾਲ ਉਡਾ ਦਿੰਦੀ ਹੈ। ਨਾਦਰ ਨਾਦਰ ਨੂੰ ਪਕੜ ਲੈਂਦਾ ਹੈ। ਜਦੋਂ ਨਾਦਰਾ ਘਰ ਨਹੀਂ ਪਹੁੰਚਦੀ ਅਤੇ ਸ਼ੇਰਾ ਅਤੇ ਬੱਬਰਾ ਉਸਦੀ ਤਲਾਸ਼ ਨਿਕਲਦੇ ਨੇ। ਨਾਦਰਾ ਦੇ ਭਰਾ ਨਾਦਰ ਨੂੰ ਜ਼ਖਮੀ ਕਰਕੇ ਸ਼ਕੀਲਾ ਦੇ ਦਰਵਾਜ਼ੇ 'ਤੇ ਸੁੱਟ ਜਾਂਦੇ ਨੇ। ਗੋਰੀ ਨੀਲੀ ਔਰ ਸ਼ਕੀਲਾ ਨਾਦਰ ਨੂੰ ਅੰਦਰ ਲੈ ਜਾਂਦੇ ਨੇ। ਗਾਮੂ ਨਾਦਰ ਨੂੰ ਤਲਾਸ਼ ਕਰਦਾ ਹੋਇਆ ਆਉਂਦਾ ਹੈ। ਸ਼ਕੀਲਾ ਅਤੇ ਗਾਮੂ ਆਪਸ 'ਚ ਮਿਲ ਜਾਂਦੇ ਨੇ। ਗਾਮੂ ਸ਼ਕੀਲਾ ਕੋਲੋਂ ਆਪਣੀ ਧੀ ਦੇ ਬਾਰੇ 'ਚ ਪੁੱਛਦਾ ਹੈ ਅਤੇ ਸ਼ਕੀਲਾ ਉਹਨੂੰ ਦੱਸਦੀ ਹੈ ਕਿ ਗੋਰੀ ਤੇਰੀ ਧੀ ਹੈ। ਨਾਦਰ ਨੂੰ ਜਦੋਂ ਪਤਾ ਚੱਲਦਾ ਹੈ ਕਿ ਜਗਾਵਰ ਉਹਦੇ ਪਿਓ ਦਾ ਕਾਤਲ ਹੈ ਅਤੇ ਉਹ ਇੰਤਕਾਮ ਬਣ ਜਾਂਦਾ ਹੈ। ਨਾਦਰ ਹਵੇਲੀ ਦਾ ਕਬਜ਼ਾ ਵਾਪਸ ਲੈਣ ਤੋਂ ਬਾਅਦ ਜਗਾਵਰ ਦੇ ਬੇਟੇ ਸ਼ੇਰਾ ਔਰ ਬੱਬਰੇ ਨੂੰ ਕੈਦ ਕਰ ਲੈਂਦਾ ਹੈ ਔਰ ਨਾਦਰਾ ਦੇ ਨਾਲ ਜ਼ਬਰਦਸਤੀ ਨਿਕਾਹ ਪੜਵਾ ਲੈਂਦਾ ਹੈ। ਜਦੋਂ ਸ਼ਕੀਲਾ ਨੂੰ ਇਸ ਨਿਕਾਹ ਦੇ ਬਾਰੇ ਪਤਾ ਚੱਲਦਾ ਹੈ ਉਹ ਨਾਦਰ 'ਤੇ ਗੁੱਸੇ ਹੁੰਦੀ ਹੈ। ਸ਼ੋਕਾ 20 ਸਾਲਾਂ ਦੇ ਕੋ ਬਨੇਰੇ 'ਚ ਘੁੰਮਰੇਨ ਤੋਂ ਬਾਅਦ ਜੇ ਸਾਹਮਣੇ ਆ ਨਹੀਂ ਖਲੋਤੇ ਤੇ ਦੱਸ ਮੇਰਾ ਪੁੱਤਰ ਕਿੱਥੇ ਵੇ, ਮੇਰਾ ਪੁੱਤਰ ਜਿਉਂਦਾ ਤੇ ਹੈ ਨਾ। ਨਾਦਰ ਨੂੰ ਗਵਾਹ ਕਰਕੇ ਦੁਸ਼ਮਣਾਂ ਦੇ ਹਵਾਲੇ ਕਰ ਦਿੰਦਾ ਹੈ। ਕਿਲਾ ਸ਼ੁਕੇ ਦੇ ਘਰ ਜਾਂਦੀ ਹੈ। ਉੱਥੇ ਜਾ ਕੇ ਪਤਾ ਚੱਲਦਾ ਹੈ ਕਿ ਸ਼ੁਕਾ ਉਹਦੀ ਸੈਲੀ ਨੂਰੀ ਦਾ ਪੁੱਤਰ ਹੈ। ਕਿਲਾ ਸਾਰਾ ਵਾਕਿਆ ਸੁਣਾਉਂਦੀ ਹੈ। ਜਗਾਵਰ ਸ਼ਕੀਲਾ ਕੋਲੋਂ ਮਾਫ਼ੀ ਮੰਗ ਲੈਂਦਾ ਹੈ, ਮਾਫ਼ੀ ਮੰਗ ਕੇ ਜਾਇਦਾਦ ਅਤੇ ਕਾਗਜ਼ਾਤ ਉਸਦੇ ਹਵਾਲੇ ਕਰ ਦਿੰਦਾ ਹੈ। ਸ਼ੇਰਾ ਅਤੇ ਬੱਬਰਾ ਨੂੰ ਜਦੋਂ ਪਤਾ ਚੱਲਦਾ ਹੈ ਕਿ ਜਗਾਵਰ ਨੇ ਸ਼ਕੀਲਾ ਨਾਲ ਸੁਲਾਹ ਕਰ ਲਿੱਤੀ ਹੈ ਤਾਂ ਉਹ ਆਪਣੇ ਪਿਓ ਨੂੰ ਗੋਲੀ ਮਾਰ ਦਿੰਦੇ ਨੇ। ਜਗਾਵਰ ਜ਼ਖਮੀ ਹੋਣ ਦੇ ਬਾਅਦ ਸੁਲਤਾਨ ਜਿਹੜਾ ਕਿ ਜਗਾਵਰ ਦੀ ਕੈਦ 'ਚ ਹੁੰਦਾ ਹੈ ਉਹਨੂੰ ਆਜ਼ਾਦ ਕਰ ਦਿੰਦਾ ਹੈ। ਸਾਰੀ ਉਮਰ ਸਾਡੀ ਜ਼ਿੰਦਗੀ ਲਈ ਖੁਸ਼ੀਆਂ ਲੱਭਦਾ ਰਿਹਾ, ਅੱਜ ਉਹਦੀ ਜਾਨ ਦੇ ਵੈਰੀ ਹੋ ਗਏ ਹੋ। ਸ਼ਕੀਲਾ ਨਾਦਰਾ ਅਤੇ ਗੋਰੀ ਨੂੰ ਦੁਸ਼ਮਣ ਚੁੱਕ ਕੇ ਲੈ ਜਾਂਦੇ ਨੇ। ਸ਼ੁਕਾ ਅਤੇ ਨਾਦਰ ਦੋਨੋਂ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਨੇ। ਸੁਲਤਾਨ ਆ ਕੇ ਸ਼ੇਰਾ ਅਤੇ ਬੱਬਰਾ ਨੂੰ ਜ਼ਮੀਨ ਵਿੱਚ ਦਫਨ ਕਰ ਦਿੰਦਾ ਹੈ। ਸ਼ਕੀਲਾ ਸੁਲਤਾਨ ਨੂੰ ਜ਼ਿੰਦਾ ਦੇਖ ਕਰ ਖੁਸ਼ ਹੋ ਜਾਂਦੀ ਹੈ
वो दोनों आपस में मिल जाते।